ਪਿੰਡ ਵਿਜ਼ਨ ਸੁਲਤਾਨਪੁਰ ਲੋਧੀ ਦੇ ਥਾਣਾ ਕਰੀਬ ਦਾ ਅੱਧੀ ਰਾਤ ਹੋਇਆ ਘਿਰਾਓ। ਮੱਝਾਂ ਚੋਰਾਂ ਨੂੰ ਛੱਡਣ ਤੇ ਥਾਣਾ ਕਬੀਰ ਅੱਧੀ ਅੱਧੀ ਰਾਤ ਹੋਇਆ ਹੰਗਾਮਾ। ਹੜ੍ਹ ਪੀੜਿਤ ਕਿਸਾਨਾਂ ਨੇ ਲਗਾਇਆ ਧਰਨਾ, ਕੀਤਾ ਪੁਲਿਸ ਖਿਲਾਫ਼ ਰੋਸ ਪ੍ਰਦਰਸ਼ਨ। ਹੜ੍ਹ ਪੀੜਿਤ ਮਾਰੇ ਕਿਸਾਨਾਂ ਦੀਆਂ ਮੱਝਾਂ ਜੋ ਘਰਾਂ 'ਚ ਹੜ੍ਹ ਦਾ ਪਾਣੀ ਆਉਣ ਕਾਰਨ ਸੁੱਕੇ ਜਗ੍ਹਾ 'ਤੇ ਲਿਆਂਦੀਆਂ ਗਈਆਂ, ਉਹ ਚੋਰੀ ਹੋ ਰਹੀਆਂ। ਤੁਸੀਂ ਬੰਦ ਤੋਂ ਕਿਸਾਨਾਂ ਵੱਲੋਂ ਚੋਰ ਨੂੰ ਕਾਬੂ ਕੀਤਾ ਗਿਆ, ਪੁਲਿਸ ਵੱਲੋਂ ਚੋਰ ਨੂੰ ਛੱਡ ਦਿੱਤਾ ਗਿਆ, ਜਿਸ ਕਾਰਨ ਹੋਇਆ ਹੰਗਾਮਾ। ਪਸ਼ੂਆਂ ਦੀ ਚੋਰੀ ਕਰਨ ਵਾਲੇ ਵਿਅਕਤੀ ਚੋਰ ਅਤੇ ਥਾਣਾ ਕਬੀਰਪੁਰ ਦੇ SHO ਵੱਲੋਂ ਕਾਰਵਾਈ ਚੋਰ ਦੇ ਖਿਲਾਫ਼ ਨਾ ਕਰਨ 'ਤੇ ਅੱਧੀ ਰਾਤ ਹੜ੍ਹ ਪੀੜਿਤ ਕਿਸਾਨਾਂ ਨੇ ਧਰਨਾ ਲਾ ਕੇ ਬੈਠ ਗਏ। ਇਸ ਧਰਨੇ ਵਿੱਚ 3 ਪਿੰਡਾਂ ਦੇ ਸਰਪੰਚ ਮੌਜੂਦ ਸਨ। 3 ਪਿੰਡਾਂ ਦੀ ਪੰਚਾਇਤਾਂ ਨੇ ਆਰੋਪ ਲਗਾਇਆ ਕਿ ਸਾਡੀ ਪੁਲਿਸ ਵੱਲੋਂ ਕੋਈ ਸਾਰ ਨਹੀਂ ਲਈ ਗਈ, ਸਗੋਂ ਚੋਰ ਦਾ ਸੰਯੋਗ ਦਿੱਤਾ ਗਿਆ, ਸਾਡੀ ਸੁਣਵਾਈ ਨਾ ਹੋਣ ਕਾਰਨ ਮਜਬੂਰ ਹੋ ਕੇ ਧਰਨਾ ਲਗਾਉਣਾ 1:30 ਵਜੇ ਤੱਕ ਚੱਲਿਆ। ਇਸ ਧਰਨੇ 'ਚ ਕਈ ਪਿੰਡਾਂ ਦੀਆਂ ਪੰਚਾਇਤਾਂ ਮੌਜੂਦ ਸੀ। ਕਿਸਾਨ ਦੀਆਂ ਮੱਝਾਂ ਚੋਰੀ ਕਰਨ ਵਾਲੇ ਨੂੰ ਪੁਲਿਸ ਨੇ ਕਿਉਂ ਛੱਡਿਆ, ਜੋ ਲੋਕਾਂ ਨੇ ਕਾਬੂ ਕਰਕੇ ਦਿੱਤਾ ਸੀ। ਕਪੂਰਥਲਾ ਤੋਂ ਰਾਜਿੰਦਰ ਕੁਮਾਰ ਦੀ ਵਿਸ਼ੇਸ਼ ਰਿਪੋਰਟ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮੈਂ ਬੋਹੜ ਸਿੰਘ ਹਜ਼ਾਰਾ, ਪੰਜਾਬ ਕਿਸਾਨ ਯੂਨੀਅਨ ਬਾਗੀ ਦਾ ਮੀਤ ਪ੍ਰਧਾਨ ਹਾਂ ਸੂਬਾ ਜੀ। ਇਸ ਤਰ੍ਹਾਂ ਬੇਨਤੀ ਹੈ ਕਿ ਸਾਡੇ ਪਤਨਗਰੀ ਸਰਪੰਚ ਆ, ਇਹ ਰੋਜ਼ ਡੰਗਰ ਚਾਰਦੇ ਅਤੇ ਬੰਨ੍ਹ ਦਿੱਤੇ, ਅੱਜ ਤੋਂ ਜਾਣੀ ਕਿ 1.5 ਮਹੀਨਾ ਹੋ ਜਾਂਦਾ ਪਾਣੀ ਆਉਂਦਾ ਉਦੋਂ ਤੋਂ ਚਾਰਦੇ ਆ। ਅਤੇ ਚਲੋ ਡੰਗਰ ਅੱਗੇ ਪਿੱਛੇ ਲੰਮੇ ਹੋ ਵੀ ਜਾਂਦੇ ਅਤੇ ਘਰ ਨੂੰ ਆ ਜਾਂਦੇ ਕਈ ਵਾਰ ਡੰਗਰ ਛੱਡ ਕੇ, ਅਤੇ ਉੱਥੇ ਖੁੱਲ੍ਹੇ ਫਿਰਦੇ ਰਹਿੰਦੇ, ਘੁੰਮਦੇ ਰਹਿੰਦੇ। ਅਤੇ ਇਹ ਬੰਦਾ ਕਿਤੇ ਪਹਿਲਾਂ ਲੰਘਦਾ ਵੀ ਹੋਊਗਾ, ਇਹਨੇ ਬੰਦੇ ਤਕਾਏ ਡੰਗਰ ਦੇ, ਇਹਨੇ ਉੱਥੋਂ ਡੰਗਰ ਗੱਡੀ ਦੇ ਵਿੱਚ ਲੱਦੇ ਆ। ਉੱਥੇ ਪਿੰਡ ਦੇ ਬੰਦੇ ਲਾਗੇ ਬੰਨੇ ਲੋਕ ਹੈਗੇ ਸੀ, ਸੁਰਲਾਪੁਰ ਦੇ ਇਲਾਕੇ ਉਹਨਾਂ ਦੇ ਮੁੰਡੇ ਹੈਗੇ ਸੀ, ਉਹਨੂੰ ਇਹ ਗੱਲ ਕਹੀ ਵੀ ਮੇਰੇ ਡੰਗਰ ਤੋਂ ਰੁੜ ਕੇ ਆਏ ਆ, ਮੇਰੀ ਮੱਝ ਤੋਂ ਮਾਦੀ ਰੁੜ ਕੇ ਆ ਗਿਆ, ਮੇਰਾ ਡੰਗਰ ਲਦਾ ਦਿਓ। ਝੂਠ ਮਾਰਿਆ ਉਹਨਾਂ ਕਿ ਸਾਰਾ ਸਾਰਾ, ਜੇ ਮੰਨ ਲਓ ਇਹਦੇ ਡੰਗਰ ਹੁੰਦੇ ਉੱਥੇ ਲਾਗੇ ਬੰਦੇ ਕਿਸੇ ਪਿੰਡ 'ਚ ਅਲੋਸਮੈਂਟ ਕਰਾਉਂਦੇ ਨੇ, ਝੂਠੀ ਵੀਡੀਓ ਵੀ ਉੱਥੇ ਬਣਾਈ ਇੱਕ, ਮੈਂ ਡੰਗਰ ਲਾ ਕੇ ਚੱਲਿਆ। ਕਿਉਂਕਿ ਲੋਕਾਂ ਨੂੰ ਅੱਜ ਡੰਗਰ 1 ਨਹੀਂ, ਹਜ਼ਾਰਾਂ ਹੀ ਡੰਗਰ ਰੋੜ ਕੇ ਗਏ, ਲੋਕ ਲੋਕਾਂ ਦੇ ਘਰ ਵੀ ਪਹੁੰਚਾਉਣ ਡਿਆ। ਹੁਣ ਘੜਕੇ ਦੇ ਵਿੱਚ 7-7 ਮੱਝਾਂ ਆਈਆਂ ਤੋਂ ਆਪਣੇ ਮਕੀਰੀਆਂ ਤੋਂ ਰੁੜ ਕੇ, ਉਹ ਬੰਦੇ ਉੱਥੇ ਛੱਡਣ ਗਏ ਅੱਜ ਗੱਡੀਆਂ 'ਤੇ ਲੱਦ ਕੇ। ਇਸ ਬੰਦੇ ਨੇ ਡੰਗਰ ਲੱਦ ਕੇ ਮੁੜ ਕੇ ਇਹ ਆਪਦੇ ਮਹਿਤਮ ਵਾਲੇ ਪਿੰਡ ਲੈ ਗਿਆ, ਜਿੱਥੇ ਕਿਰਾਏ 'ਤੇ ਰਹਿੰਦਾ, ਉੱਥੇ ਕਿਰਾਏ 'ਤੇ ਲਿਜਾ ਕੇ ਇਹਨੇ ਬੰਨਿਆ, ਮੁੜ ਕੇ ਇਹਨੇ ਗੱਡੀ ਕੀਤੀ, ਫਿਰ ਉੱਥੋਂ ਲੱਦ ਕੇ ਫਿਰ ਗੰਡੀ ਵਿੰਡੋ ਲੈ ਕੇ ਗਿਆ ਮੱਝ। ਅਗਰ ਜੇ ਇਹਨੇ ਭਲਾ ਹੀ ਕਰਨਾ ਚਾਹੁੰਦਾ, ਇਹ ਵੀਡੀਓ ਵੀ ਬਣਾਉਣੀ ਸੀ। ਉੱਥੇ ਪਿੰਡਾਂ ਦੇ ਗੁਰਦੁਆਰੇ ਬਹੁਤ ਸੀ ਲਾਗੇ ਲਾਗੇ, ਪਿੰਡਾਂ ਦੇ ਵਿੱਚ ਗੁਰਦੁਆਰੇ ਗ੍ਰੰਥੀ ਸਿੰਘਾਂ ਨੂੰ ਕਹਿੰਦਾ, ਭਾਈ ਵੀ ਆਹ ਡੰਗਰ ਕਹਿੰਦੇ ਉਹ ਆ ਕੇ ਪਛਾਣ ਕੇ ਲੈ ਜਾਓ, ਜਾਂ ਮੈਂ ਉੱਥੇ ਲੈ ਚੱਲਿਆ ਅਤੇ ਆ ਕੇ ਡੰਗਰ ਮਗਰ ਲੈ ਜਾਓ। ਇਹਨੇ ਝੂਠ ਮਾਰ ਕੇ, ਚੋਰ ਹੈਗਾ ਬੰਦਾ, ਇਹ ਬਹੁਤ ਤਕੜਾ ਚੋਰ ਆ, ਉਹ ਨਸ਼ਾ ਵੀ ਵੇਚਦਾ ਬੰਦਾ, ਨਸ਼ੇ ਦਾ ਵੀ ਵਪਾਰ ਕਰਦਾ ਹੈ। ਆਮ ਲੋਕ ਕਿਰਾਏ ਤੇ ਨਹੀਂ। ਐਡਾ ਵੱਡਾ ਦਾਅਵਾ ਕਰ ਰਹੇ ਹੋ, ਤੁਹਾਡੇ ਕੋਲ ਕੋਈ ਸਬੂਤ ਹੈ? ਸਾਡੇ ਕੋਲ ਸਬੂਤ ਇਸ ਤਰ੍ਹਾਂ ਜੀ, ਜਿਹੜਾ ਹੁਣ ਬੰਦਾ ਜਿਹੜਾ ਡੰਗਰ ਚੋਰੀ ਲੱਦ ਕੇ ਲਗਿਆ ਆ, ਹਾਂਜੀ, ਜੇ ਬੰਦਾ ਉਹ ਇਮਾਨਦਾਰ ਹੁੰਦਾ, ਉਹ ਝੂਠੀ ਵੀਡੀਓ ਨਹੀਂ ਬਣਾਉਣੀ, ਉਹਨੇ ਲਾਗੇ ਲਾਗੇ ਪਿੰਡਾਂ ਦੇ ਵਿੱਚ ਇਹ ਗੱਲ ਕਹਿਣੀ, ਭਾਈ ਜੀ ਇਹਦੇ ਡੰਗਰ ਅੱਗੇ ਲੋਸਮੈਂਟ, ਅਸੀਂ ਡੰਗਰ ਲੈ ਕੇ ਚੱਲੇ, ਅਸੀਂ ਲੈ ਕੇ ਚੱਲੇ ਉੱਥੋਂ ਆ ਕੇ ਲੈ। ਉਹਦੇ ਕਹਿਣ ਦਾ ਮੁਤਾਬਕ ਮੈਂ ਲੱਖ ਵਰਿਆ ਜਿਹੜੇ ਹੈਗੇ ਉੱਥੇ ਲੋਕ ਸੀ, ਉਹਨਾਂ ਨੂੰ ਸੂਚਿਤ ਕੀਤਾ ਸੀ ਉੱਥੇ ਨੇ, ਕਿ ਜਿਹੜੇ ਮੁੰਡੇ ਅਣਜਾਣ ਸੀ ਉਹਨਾਂ ਨੂੰ ਪਤਾ ਨਹੀਂ, ਲੋਕ ਤਾਂ ਸਾਡੇ ਅੱਜ ਕੱਲ੍ਹ ਤੁਰੇ ਫਿਰਦੇ ਸੇਵਾ ਵਾਸਤੇ ਵੀ, ਕੋਈ ਬੰਦਾ ਸੇਵਾ ਕਰੇ ਤਾਂ ਸੇਵਾ ਕਰੀਏ, ਤਾਂ ਉਹਦੇ ਸੇਵਾ ਦੇ ਭੁਲੇਖੇ ਵਿੱਚ ਡੰਗਰ ਲਾਤੇ ਵੀ ਇਹਦੇ ਡੰਗਰ ਆਏ ਅਤੇ ਲੈ ਜਾਏ, ਇਹਨੂੰ ਲੈ ਕੇ ਚਲੇ ਜਾਵੇ ਆਪਣਾ, ਉਹ ਤਾਂ ਭੁਲੇਖੇ ਦੇ ਵਿੱਚ ਲੱਦੇਗਾ ਡੰਗਰ, ਉਹਨੇ ਸੱਚ ਝੂਠ ਮਾਰਿਆ, ਉਹਨਾਂ ਕੋਲ ਮੇਰੇ ਡੰਗਰ ਰੁੜ ਕੇ ਆਏ ਤੋਂ ਗੋਂਦਵਾਲ ਸਾਹਿਬ ਤੋਂ। ਹੁਣ ਤੁਸੀਂ ਕੀ ਕਹਿਣਾ ਚਾਹੁੰਦੇ? ਅਸੀਂ ਤਾਂ ਇਹੋ ਪ੍ਰਸ਼ਾਸਨ ਨੂੰ ਮੰਗ ਕਰਨਾ ਚਾਹੁੰਦੇ ਵੀ ਇਹ 'ਤੇ ਸਖ਼ਤ ਤੋਂ ਸਖ਼ਤ ਕਾਰਵਾਈ ਕੀਤੀ ਜਾਵੇ, ਇਹ 'ਤੇ ਪਰਚਾ ਕੀਤਾ ਜਾਵੇ, ਗਾਂ ਕਿਸੇ ਨਾਲ ਹੋਰ ਨਾ ਧੋਖਾ ਹੋ ਜਾਵੇ। ਆਮ ਲੋਕਾਂ ਕੋਲ ਹੋਰ ਵੀ ਡੰਗਰ ਲੋਕਾਂ ਦੇ ਬੰਨਾਂ 'ਤੇ ਸਾਡੇ ਲਾਗੇ ਵੀ ਆਉਂਦੇ ਹੀ ਆ, ਅਸੀਂ ਲੋਕਾਂ ਦੇ ਘਰਾਂ 'ਚ ਡੰਗਰ ਪਹੁੰਚਾਈ ਦੇ ਜਿੱਥੋਂ ਵੀ ਆਈਦਾ, ਅਸੀਂ ਮੀਡੀਆ 'ਤੇ ਵੀ ਖਬਰ ਲਾਈ ਦੀ ਭਾਈ ਕਿਸੇ ਦਾ ਡੰਗਰ ਚੀਜ਼ ਆ ਰੁੜ ਕੇ ਜੀ ਆਪਦੀ ਲੈ ਕੇ ਲੈ ਜਾਵੇ। ਹੁਣ ਤੁਹਾਨੂੰ ਡੰਗਰ ਪ੍ਰਾਪਤ ਹੋ ਚੁੱਕੇ? ਡੰਗਰ ਇਸ ਤਰ੍ਹਾਂ ਜੀ, ਡੰਗਰ ਅਸੀਂ ਉਸ ਰਾਤ ਹੀ ਸਾਡੇ ਬੰਦਿਆਂ ਨੇ ਜਿਸ ਤਰ੍ਹਾਂ ਸਾਨੂੰ ਪਤਾ ਲੱਗ ਗਿਆ ਵੀ ਸਾਡੇ ਡੰਗਰ ਚੋਰੀ ਹੋ ਗਏ ਆ, ਉਸ ਟਾਈਮ ਮਹਿਤਮ ਵਾਲੇ ਗਏ, ਉੱਥੋਂ ਨਾਲ ਮੌਜੂਦਾ ਸਰਪੰਚ ਆ ਸਾਡੇ, ਬਹੁਤ ਧੰਨਵਾਦ ਕਰਦੇ ਜਿਨ੍ਹਾਂ ਨੇ ਨਾਲ ਹੋ ਕੇ ਸਾਡੇ ਡੰਗਰ ਦਵਾਏ ਆ, ਫਿਰ ਨਾਲ ਹੀ ਥਾਣੇ ਆਏ ਆ, ਉਸੇ ਨਾਲ ਹੀ ਮੁੜ ਕੇ ਗੰਡੀ ਵੱਡੋ ਜਾ ਕੇ ਰਾਤ ਹੀ ਤੜਕੇ 4 ਵਜੇ ਡੰਗਰ ਲੈ ਕੇ ਆਏ ਆ, ਸਾਡੇ ਡੰਗਰ ਬਰਾਮਦ ਹੋ ਗਿਆ ਜੀ। ਜਦੋਂ ਤੁਹਾਡੀ ਉਹਦੇ ਨਾਲ ਪਹਿਲੀ ਵਾਰੀ ਫੋਨ 'ਤੇ ਗੱਲ ਹੋਈ ਸੀ, ਉਹਨੇ ਤੁਹਾਨੂੰ ਕੀ ਕਿਹਾ ਸੀ ਉੱਥੇ? ਉਹ ਜੀ ਇਹਨਾਂ ਨਾਲ ਗੱਲ ਹੋਈ ਆ ਨਾ ਸਰਪੰਚ ਸਾਹਿਬ ਨੇ, ਇਹਨਾਂ ਨੂੰ ਪਤਾ ਮੁੰਡੇ ਨਾਲ, ਉਹ ਜੀ ਗੱਲ ਸਾਡੇ ਨਾਲ ਇਹ ਕਰਦਾ ਸੀ ਮੈਂ ਤੁਹਾਨੂੰ ਸਵੇਰੇ ਪਸ਼ੂ ਦੇ ਦੂੰਗਾ, ਪਰ ਨਹੀਂ ਉਹਨੇ ਦੇਣੇ ਪਸ਼ੂ, ਕਿੱਥੋਂ ਦੇ ਦਿੰਦਾ, ਝੂਠ ਮਾਰੀ ਜਾਣ ਡਿਆ ਸੀ ਜਿਹੜੀ ਗੱਲ ਆ। ਅਸੀਂ ਉਹਨੂੰ ਜਦੋਂ ਇੱਥੇ ਥਾਣੇ ਲਿਆਂਦਾ, ਫਿਰ ਆਣ ਕੇ ਉਹਨੇ ਉਸੇ ਵੇਲੇ ਸਾਨੂੰ ਮੰਨਦਾ ਵੀ ਮੇਰੀ ਮਾਂ ਬਿਮਾਰ ਆ, ਅਤੇ ਜਦੋਂ ਇੱਥੇ ਥਾਣੇ ਲਿਆਂਦਾ ਉਸੇ ਵੇਲੇ ਆਣ ਕੇ ਮੰਨ ਗਿਆ ਵੀ ਮੇਰੀ ਮੰਮੀ ਘਰੇ ਆ, ਬੂਹਾ ਖੋਲ ਦੂਗਾ ਮੈਂ ਪਸ਼ੂ ਦੇ ਦੂੰਗਾ, ਤੇ ਆਣ ਕੇ ਮੰਨਿਆ ਇੱਥੇ ਆਣ ਕੇ ਠਾਣੇ। ਤੁਸੀਂ ਕਿੰਨੇ ਜਣੇ ਗਏ ਸੀ ਉਹਦੇ ਘਰੇ ਨਾਲ? ਅਸੀਂ ਜੀ 2 ਗੱਡੀਆਂ ਲੈ ਗਏ ਆ, 10-12 ਬੰਦੇ ਆ। ਲੈ ਉਹਨੂੰ ਲੈ ਕੇ ਕਿਹਨੂੰ ਆਇਆ ਉੱਥੇ ਆ ਕੇ? ਉੱਥੇ ਝੋਟਾ ਸੀ। ਮਿਲਿਆ ਉਹ ਤੁਹਾਨੂੰ ਘਰੇ ਜਾਂ ਨਹੀਂ ਮਿਲਿਆ? ਨਹੀਂ ਉਹ ਨਹੀਂ ਮਿਲਿਆ ਜੀ, ਇਹਨੇ ਆਪਣੀ ਮੰਮੀ ਨੂੰ ਫੋਨ ਲਾਇਆ, ਉਹਨੇ ਸਾਨੂੰ ਝੋਟਾ ਦੀ ਝੋਟੀ ਸਾਡੀ ਫੜਾ। ਵੀਰੇ ਪਹਿਲਾਂ ਤਾਂ ਮੈਂ ਤੁਹਾਨੂੰ ਦੱਸਦਾ ਕਿ ਜਦੋਂ ਇਹਨੇ ਮੱਝਾਂ ਤੋਂ ਝੋਟਾ ਆਪਣਾ ਲੈ ਕੇ ਗਿਆ ਨਾ ਵੱਡ ਤੋਂ, ਪਹਿਲਾਂ ਨੇ ਉਹਨਾਂ ਬੰਦਿਆਂ ਨੂੰ ਝੂਠ ਮਾਰਿਆ ਕਿ ਮੈਂ ਗੋਂਦਵਾਲ ਸਾਹਿਬ ਤੋਂ ਆਇਆ, ਮੇਰਾ ਪਰਿਵਾਰ ਸਾਰਾ ਰੁੜ ਗਿਆ ਵਾ,
ਤੁਹਾਡਾ ਨਾਮ ਕੀ ਹੈ? ਮੈਂ ਅਮਰਤਪਾਲ ਸਿੰਘ। ਅਮਰਤਪਾਲ, ਹਾਂਜੀ। ਤੁਹਾਡੇ ਉਹ ਜਿਹੜਾ ਪਸ਼ੂ? ਹਾਂਜੀ, ਆਪਣੇ ਆ ਜੀ। ਠੀਕ, ਹਾਂਜੀ, ਓਕੇ ਬਾਈ। ਹੁਣ ਦਾ ਦੱਸਣਾ ਸੀਗਾ ਵੀ ਅਸੀਂ ਥਾਣੇ 'ਚ ਖੜੇ ਹਾਂ। ਹੁਣ ਤਾਂ ਦੱਸਿਆ ਜੀ, ਹੁਣ ਤਾਂ ਨਹੀਂ ਲੱਗਾ, ਮੈਂ ਸਾਰਾ ਕੁਝ ਬਈ। ਖੜੋ ਜਾ, ਆਪਾਂ ਤੇਰੇ ਮੁੰਡੇ ਕੋਲ ਫੋਨ ਆਇਆ ਇੱਥੇ। ਤੁਸੀਂ ਜੋ ਤੁਹਾਡੇ ਨਾਲ ਗੱਲਬਾਤ ਹੋਈ ਆ, ਮੈਂ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵੀਰੇ, ਸਾਡੇ ਪਰਸੋਂ ਸ਼ਾਮ ਡੰਗਰ ਚੋਰੀ ਹੋਏ ਸੀਗੇ ਆਪਣੇ ਬਿਆਸ ਦਰਿਆ ਦੇ ਪੁੱਲ ਦੇ ਕੋਲੋਂ। ਅਤੇ ਜਿਹੜਾ ਇਹ ਵੀਰ ਦੱਸ ਰਿਹਾ ਵਾ ਵੀਡੀਓ ਪਾ ਕੇ ਕਿ ਮੈਂ ਇਹ ਡੰਗਰ ਮੇਰੇ ਗੋਂਦਵਾਲ ਸਾਹਿਬ ਤੋਂ ਰੁੜੇ ਆ, ਗੋਂਦਵਾਲ ਸਾਹਿਬ ਤੋਂ ਰੁੜ ਕੇ ਅਤੇ ਇੱਥੇ ਆਏ ਆ, ਅਤੇ ਮੇਰਾ ਪਰਿਵਾਰ ਪਿੱਛੇ ਜਿਹੜਾ ਉਹ ਰੁੜ ਗਿਆ ਵਾ, ਸਿਰਫ ਮੈਂ ਬਚਿਆ ਅਤੇ ਮੇਰੇ ਪਸ਼ੂ ਇਹ ਬਚੇ ਆ। ਜਦੋਂ ਇਹਨੇ ਸਾਡੇ ਉੱਥੋਂ ਪਸ਼ੂ ਲੱਦੇ ਆ, ਸਾਡੇ ਬੰਦਿਆਂ ਨੂੰ ਇੰਨੀ ਗੱਲ ਕਹਿ ਕੇ ਲੱਦੇ ਆ ਕਿ ਇਹ ਪਸ਼ੂ ਮੇਰੇ ਪਿੱਛੋਂ ਰੁੜ ਕੇ ਆਏ ਆ, ਮੇਰਾ ਪਰਿਵਾਰ ਰੁੜ ਗਿਆ, ਪਸ਼ੂ ਬਚੇ ਆ, ਅਤੇ ਸਿਰਫ ਜਾਂ ਆਹ ਕੱਟਾ ਬਚਿਆ ਅਤੇ ਜਾਂ ਕੱਟੀ ਬਚੀ ਆ, ਅਤੇ ਬਾਕੀ ਸਭ ਪਸ਼ੂ ਰੁੜ ਗਏ ਆ। ਅਤੇ ਮੇਰੇ ਕੋਲ ਬੋਲਿਆ ਹੋਣੀ ਜ਼ਿਆਦਾ ਉਹਦਾ ਬੋਲਿਆ ਹੋਣੀ। ਪੁਲਿਸ ਪ੍ਰਸ਼ਾਸਨ ਨੇ ਕੋਈ ਕਾਰਵਾਈ ਕੀਤੀ ਇਸ ਮਸਲੇ? ਨਹੀਂ ਜੀ, ਅਸੀਂ ਚਾਰ ਪਿੰਡਾਂ ਦੀ ਪੰਚਾਇਤ ਬੈਠੀ ਆ, ਸਾਡੇ ਤਾਂ ਸਾਹਮਣੇ ਉਹਨਾਂ ਨੇ ਅਤੇ ਉਹਨੂੰ ਭੇਜ ਦਿੱਤਾ ਆ ਜਿਹੜਾ ਮੁਜਰਮ ਆ, ਅਤੇ ਅਸੀਂ ਇੱਥੇ ਮੁੜ ਕੇ ਸਵੇਰ ਦੇ ਆਣ ਕੇ ਬੈਠੇ ਹਾਂ। ਇੱਕ ਰਾਤ ਅਸੀਂ ਠੁੱਕ ਉੱਥੇ ਕੱਢੀ ਆ ਮਹਿਤਮਾ ਵਾਲੇ, ਉਹ ਸਾਰੀ ਰਾਤ ਖੱਖੜ ਕਈਆ ਕਰਕੇ ਉਹ ਵੀ ਆਣ ਕੇ ਥਾਣੇ ਆਣ ਕੇ ਉਹਨੇ ਮੰਨ ਕੇ ਪਸ਼ੂ ਦਿੱਤੇ ਆ। ਇੱਕ ਅੱਜ ਸਵੇਰ ਦੇ ਇੱਥੇ ਆਣ ਕੇ ਬੈਠੇ ਹਾਂ, ਸਾਡੀ ਕੋਈ ਸੁਣਵਾਈ ਨਹੀਂ ਹੁੰਦੀ। ਉਹ ਮੁਜ਼ਲਮ ਦੀ ਜ਼ਰੂਰ ਹੁੰਦੀ ਜਿਹਨੇ ਸਾਡਾ ਝੋਟਾ ਝੋਟੀ ਕੱਢਿਆ, ਉਹਦੇ ਉਦਾਦੀਆਂ ਗੱਲਾਂ ਸਾਰੀਆਂ ਕਰੀ ਜਾਂਦੇ ਆ। ਸਰਪੰਚ ਸਾਹਿਬ, ਤੁਹਾਡੇ ਤੇ ਕੀ ਇਲਜ਼ਾਮ ਲਾਇਆ ਮੁਜਰਮ ਨੇ? ਮੇਰੇ ਤੇ ਸਰ ਕਹਿ ਰਿਹਾ ਕਿ ਇਹ ਮੈਨੂੰ ਇੱਦਾਂ ਕਰ ਰਿਹਾ, ਉੱਦਾਂ ਕਰ ਰਿਹਾ, ਕਹਿ ਰਿਹਾ ਕਿ ਮੇਰੀ ਮਿਸਿਜ ਨੂੰ ਲਿਆਂਦਾ ਥਾਣੇ। ਅਸੀਂ ਬਿਲਕੁਲ ਸੇਫਲੀ ਉਹਨੂੰ ਲਿਆਏ ਆ ਥਾਣੇ, ਇਸ ਕਰਕੇ ਲਿਆਏ ਉਹਦੀ ਮਿਸਿਜ ਨੂੰ ਨਾਲ। ਉਹ ਕਹਿੰਦੀ ਮੈਨੂੰ ਲੈ ਕੇ ਚਲੋ ਗੰਡੀ ਪਿੰਡ, ਤੇ ਸਾਡੇ ਉੱਥੇ ਪਸ਼ੂ ਬੱਧੇ ਹੋਏ, ਮੈਂ ਨਾਲ ਚੱਲਦੀ ਲੈ ਕੇ ਦਿੰਨੀ ਆ। ਹੁਣ ਅਸੀਂ 4 ਵਜੇ ਦੇ ਸਰ ਆਏ ਹੋਏ ਆ ਇੱਥੇ, ਸਾਡੀ ਕੋਈ ਸੁਣਵਾਈ ਨਹੀਂ ਹੋਈ। SHO ਸਾਹਿਬ ਨੇ ਪੈਸੇ ਲੈ ਲਏ ਆ ਮੁਜਰਮ ਕੋਲੋਂ, ਤੇ ਸਾਡੀ ਕੋਈ ਸੁਣਵਾਈ ਨਹੀਂ ਹੋਈ। ਅਸੀਂ ਰਾਤ ਦੇ 11 ਵਜ ਗਏ ਤੇ ਥਾਣੇ 'ਚ ਬੈਠੇ, ਨਾ ਕੋਈ ਪਰਚਾ ਕੀਤਾ, ਨਾ ਮੁਜਰਮ ਨੂੰ ਫੜਿਆ ਗਿਆ ਵਾ, ਤੇ ਅਸੀਂ ਸਾਨੂੰ ਕੋਈ ਨਹੀਂ ਇੱਥੇ ਪੁੱਛ ਰਿਹਾ। ਤੁਸੀਂ ਪ੍ਰਸ਼ਾਸਨ ਤੋਂ ਕੀ ਮੰਗ ਕਰਦੇ ਹੋ? ਸਾਨੂੰ ਇਨਸਾਫ ਚਾਹੀਦਾ ਸਰ। ਠੀਕ ਆ ਜੀ, ਧੰਨਵਾਦ। ਵੀਰ ਜੀ, ਮੈਂ ਇਸ ਟਾਈਮ ਕਬੀਰਪੁਰ ਥਾਣੇ ਦੇ ਅੱਗੇ ਖਲੋਤੇ ਆ ਸਾਰੇ ਵੀਰ ਅਸੀਂ ਆਣ ਕੇ, ਤੇ ਪੁਲਿਸ ਮੁਲਾਜ਼ਮਾਂ ਵੱਲੋਂ ਅਸੀਂ ਕੱਟੇ ਦੀ ਚੋਰੀ ਦੇ ਸੰਬੰਧ ਵਿੱਚ ਇੱਥੇ ਸ਼ਾਮ ਦੇ ਆਣ ਕੇ ਬੈਠੇ ਆ, ਤੇ ਚੋਰ ਗੱਡੀ ਤੇ ਆਇਆ ਵਾ, ਤੇ ਸਾਨੂੰ ਉਹਨਾਂ ਨੇ ਕਿਹਾ ਕਿ ਬਾਹਰ ਨਿਕਲਦਾ, ਚੋਰ ਨੂੰ ਸਾਹਮਣੇ ਬਿਠਾ ਕੇ ਕੁਰਸੀ ਦੇ ਆਪਦੇ ਨਾਲ ਉਹਦੀ ਗੱਲਬਾਤ ਸੁਣੀ ਗਈ ਆ ਪੂਰੀ ਚੰਗੀ ਤਰ੍ਹਾਂ, ਤੇ ਸਾਨੂੰ ਇਸ ਟਾਈਮ ਸਾਡੀ ਕੋਈ ਸੁਣਵਾਈ ਪੁਲਿਸ ਵੱਲੋਂ ਨਹੀਂ ਕੀਤੀ ਗਈ। ਚੋਰ ਦੀ ਜ਼ਰੂਰ ਹੋ ਗਈ ਆ, ਉਹਨੂੰ ਹੱਲਾਸ਼ੇਰੀ ਦੇ ਕੇ ਜ਼ਰੂਰ ਤੋਰਤਾ ਕਿ ਜਾ ਪੁੱਤ ਤੂੰ AC ਥੱਲੇ ਸੌਂ, ਤੇ ਤੂੰ ਜਾ ਕੇ ਆਪਦੀ ਐਸ਼ ਕਰ। ਪਤਾ ਨਹੀਂ ਪੁਲਿਸ ਮੁਲਾਜ਼ਮਾਂ ਨੂੰ ਉਹਨੇ ਪੈਸੇ ਚਾੜੇ ਆ ਜਾਂ ਕੋਸ਼ਿਸ਼ ਕੀਤਾ ਵਾ, ਉਹ ਦੋ ਬੰਦੇ ਆਏ ਆ ਤੇ ਉਹ ਪੁਲਿਸ ਵਾਲੇ ਨੂੰ ਮਿਲ ਕੇ ਤੇ ਚਲੇ ਗਏ ਆ। ਜਿਹਦੇ ਤੇ ਅਸੀਂ ਚੋਰੀ ਦਾ ਇਲਜ਼ਾਮ ਲਾਇਆ ਉਹ ਸ਼ਰਿਆਮ ਤੁਰਿਆ ਫਿਰਦਾ ਬਾਹਰ ਜਾ ਕੇ, ਤੇ ਜਿਨ੍ਹਾਂ ਦੀਆਂ ਮੱਝਾਂ ਚੋਰੀਆਂ ਹੋਈਆਂ ਉਹਨਾਂ ਨੂੰ ਪੁਲਿਸ ਵਾਲੇ ਵੀ ਫਿਰ ਚੋਰੀ ਬਣਾਉਣ ਫਿਰਦੇ ਆ। ਚੋਰੀ ਵੀ ਮੰਨ ਗਿਆ ਵਾ ਤੇ ਮੱਝਾਂ ਵੀ ਸਾਡੀਆਂ ਬਰਾਮਦ ਹੋ ਗਈਆਂ ਵਾ, ਸਾਰਾ ਕੁਝ ਹੋ ਗਿਆ ਵਾ, ਪਿੱਛੋਂ ਵੀ ਪਤਾ ਲੱਗ ਗਿਆ ਕਿ ਉਹ ਬੰਦਾ ਚੋਰ ਵਾ, ਸਾਰਾ ਕੁਝ ਪੁਲਿਸ ਵਾਲੇ ਨੂੰ ਪਤਾ ਹੋਣ ਦੇ ਬਾਵਜੂਦ ਵੀ ਉਹਨਾਂ ਸਾਡੀ ਕੋਈ ਗੱਲ ਨਹੀਂ ਸੁਣੀ। ਦੇਖੋ ਜੀ, ਥਾਣਾ ਕੰਬੀਰਪੁਰ, ਤੇ ਇਸ ਟਾਈਮ ਜਿਨ੍ਹਾਂ ਨੇ ਸਾਡਾ ਸਾਥ ਦਿੱਤਾ ਪਿੰਡ ਵਾਲਿਆਂ ਨੇ ਵੀ ਇਹਦਿਆਂ ਨੇ, ਇਹ ਆਇਆ ਗੰਡੀ ਵਿੰਡੋ ਆ ਤੇ ਆਣ ਕੇ ਬੈਠਾ ਮਹਿਤਮਾ ਵਾਲਾ, ਤੇ ਮਹਿਤਮਾ ਵਾਲਾ ਦੇ ਸਰਪੰਚ ਸਾਹਿਬ ਨੂੰ ਅਸੀਂ ਰਾਤ ਮਿਲੇ ਜਾ ਕੇ ਜਦੋਂ ਸਾਡੇ ਝੋਟੇ ਚੋਰੀ ਹੋ ਗਏ, ਤੇ ਉਹਨਾਂ ਨੇ ਸਾਡੀ ਮਤਲਬ ਕਿ ਨਾਲ ਜਾ ਕੇ, ਅਸੀਂ ਉਹਨਾਂ ਦੇ ਘਰ ਵੀ ਨਹੀਂ ਗਏ, ਸਰਪੰਚ ਸਾਹਿਬ ਨਾਲ ਗਏ ਆ, ਉਹਨਾਂ ਦੇ ਨਾਲ ਇੱਕ ਬੰਦਾ ਹੋਰ ਗਿਆ ਵਾ ਨਾਲ, ਤੇ ਉਹਨਾਂ ਦਾ ਗੇਟ ਖੜਕਾ ਕੇ ਉਹਨਾਂ ਨੂੰ ਬਾਹਰ ਕੱਢਿਆ, ਤੇ ਉਹਨਾਂ ਨੂੰ ਸਾਰਾ ਕੁਝ ਪੁੱਛਿਆ, ਤੇ ਉਹਨਾਂ ਨੇ ਉਹਨਾਂ ਨੂੰ ਉਹਨਾਂ ਤੇ ਵੀ ਹੁਣ ਬਲੇਮ ਲਾਤਾ ਵਾ ਕਿ ਹਾਂ ਵੀ ਇਹਨਾਂ ਨੇ ਸਾਨੂੰ ਧੱਕੇ ਮਾਰੇ ਆ ਜਾਂ ਇਦਾਂ ਸਾਰਾ ਕੁਝ ਮਤਲਬ ਕਿ ਉਹਨਾਂ ਨੇ ਕੀਤਾ ਵਾ। ਚੋਰ ਹੋ ਕੇ ਵੀਡੀਓ ਬਣਾਈਆਂ ਉਹਨਾਂ ਨੇ ਆਪਣੇ ਆਪ, ਚੋਰ ਹੋ ਕੇ ਸਾਰਾ ਕੁਝ ਕਰਕੇ ਉਹ ਸੱਚੇ ਵੀ ਹੋ ਗਏ, ਤੇ ਜਿਨ੍ਹਾਂ ਦਾ ਝੋਟਾ ਵਾ ਉਹਨਾਂ ਨੂੰ ਉਹ ਚੋਰ ਬਣਾ ਰਿਹਾ ਇਸ ਟਾਈਮ। ਅਸੀਂ ਤਿੰਨਾਂ ਪਿੰਡਾਂ ਦੀ ਪੰਚਾਇਤ ਇੱਥੇ ਬੈਠੀ ਆ ਜੀ, 2 ਘੰਟੇ ਹੋ ਗਏ ਸਾਨੂੰ ਧਰਨਾ ਲਾ ਕੇ ਬੈਠੇ ਆ, ਸ਼ਾਮ 4 ਵਜੇ ਦੇ ਅਸੀਂ ਥਾਣੇ ਆਏ ਆ ਤੇ ਰਾਤ ਦੇ 12 ਵੱਜ ਗਏ ਜੀ, ਸਾਡੀ ਕੋਈ ਸੁਣਵਾਈ ਨਹੀਂ ਹੋ ਰਹੀ। ਇੱਥੇ ਗਰਮੀ 'ਚ ਅਸੀਂ ਬੈਠੇ ਹਾਂ ਜੀ, ਧਰਨਾ ਲਾ ਕੇ ਅਜੇ ਤੱਕ ਵੀ ਕੋਈ ਮਤਲਬ ਕੋਈ ਪੁਲਿਸ ਮੁਲਾਜ਼ਮ ਨਹੀਂ ਸਾਡੇ ਕੋਲ ਆਇਆ, SHO ਸਾਹਿਬ ਅੰਦਰ ਬੈਠੇ ਆ। ਇੱਥੇ ਜਿੰਨੇ ਵੀ ਬੰਦੇ ਬੋਲੇ ਆ SHO ਨੇ ਆਖਿਆ ਤੁਸੀਂ ਚੁੱਪ ਕਰ ਜਾਓ, ਪਰ ਜਦੋਂ ਵੀ ਉਹ ਬੋਲਦਾ ਸੀਗਾ ਜਿਹੜਾ ਚੋਰ ਆ, ਉਹਨੂੰ ਕਹਿੰਦਾ ਕਿ ਹਾਂ ਵੀ ਤੂੰ ਸਾਰੀ ਗੱਲ ਦੱਸ ਦੇ,
ਉਹਦੀ ਗੱਲ ਚੰਗੀ ਤਰ੍ਹਾਂ ਸੁਣਦਾ ਸੀ ਸਾਡੀ ਕਿਸੇ ਦੀ ਉਹਨੇ ਗੱਲ ਨਹੀਂ ਚੰਗੀ ਤਰ੍ਹਾਂ ਸੁਣੀ ਸਿਰਫ ਉਹਦੀ ਗੱਲ ਸੁਣਦਾ ਸੀ ਜੇ ਕੋਈ ਮੈਂ ਬੋਲਦਾ ਜਾਂ ਕੋਈ ਹੋਰ ਬੋਲਦਾ ਸੀ ਉਹਨੂੰ ਚੁੱਪ ਕਰਾਉਂਦਾ ਸੀ ਐਸਐਚਓ ਸਾਹਿਬ बिलकुल बेमुनियाद जबकि इन्होंने पिंड आके साडे कहा वा सरपंच साहब नूं आपां मिलना वा उन्होंने नाल लैके चली गई उत्थे भी उन्होंने कल्ले वाईफा घरे तो उन्हूं आ पुछणगे भी इस करके सरपंच साहब नूं नाल लैके इन्होंने उन्होंने पूछया वा ते उन्होंने आपकी गड्डी च आपके नाल लैके आए आ थाने आपके नाल ही लैके गए आ वापस चोर दे कोलों मझां भी बरामद होईआं सब कुछ होया जिस दिन चोरी हुई है जी शाम 6 बजे चोरी हुई है जी 7 बजे तो लैके रात के 2 बजे तक अभी सरपंच साहब साडे नाल सी अभी इन्हों के बूहे के अगे बैठे रहे इन्हों की वाइफ अंदर सी सरपंच साहब गए अंदर उन्होंने वाइफ ने गलबात की उन्हों की वाइफ कहें भी हाँ इन्होंने डंगर चोरी किए साडे गंडी विंड पिंड डंगर बजे हुए हैं तो तुम मैं तो चले जानी है तुम उतो डंगर अपने लै आओ तो उस तो बाद बंदा सानू फोन ला के कहता जी भी 10 मिनट रुको मेरी वाइफ को ना लैके जायो तो मैं 10 मिनट तक तुहाडे कोल आ गया असीं उत्थे पूरे 2-3 घंटे वेट की पर बंदा नहीं आया फिर मजबूरन सानू उहदी वाइफ नू पुलिस स्टेशन नाल साडे 3 मुलाजम भी गए उन्हें पुलिस स्टेशन लै गए मौजूदा सरपंच साहब लेडी सरपंच साहब ये नाल आया साडे थाने सानू अद्धा घंटा लगा सेफली अपने सरपंच साहब जिहड़े आ उन्होंने फिर घरे भी छड के आए आ रात भी वह इन्हां दे घर ही रहे आ पूरे सेफली रहे आ फिर उस दिन तो बाद अगले दिन सानू तड़के डंगर बरामद होए जी उन्होंने चोर के घरों डंगर बरामद होए आ उस तो बाद इन्होंने सरपंच साहब से ब्लेमिंग लाउणी शुरू करती आ इन्हां नूं ब्लैकमेल शुरू करना किया इन्हां दे खिलाफ एक वीडियो भी पाई गई है सोशल मीडिया से जिस विच इह कहा जांदा कि सरपंच साहब साडे नाल धक्का किया इन्होंने मेरी वाइफ प्रैगनेंट सी उन्होंने धक्के मारे गए जबकि इहो जिहा कोई भी मसला नहीं इहो जिहा हैगा वो प्रोपर ठीक आ ते अज असीं थाने आए हां थाने पंचायत सी थाने दे विच उन्हें चोरी भी मन्नी आ चोरी मन तो बाद भी उहदे ते कोई कारवाई नहीं की एस एच ओ साहब ने असीं उस तो बाद इत्थे धरना ला के बैठे हाँ अजे तक साडी कोई सुनवाई नहीं आई रात दे 12 बज चुके आ जी असीं जदों पिंडों सानू पता लगा तां असीं 15-20 जणे गए आ ਤੈਂ ਜਦੋਂ ਸਰਪੰਚ ਸਾਹਿਬ ਨੂੰ ਮਿਲੇ ਆ ਇਹਨਾਂ ਨੇ ਸਾਨੂੰ ਪਿੱਛੇ ਕਰਤਾ ਕਿ ਤੁਸੀਂ ਪਿੱਛੇ ਖੜ ਜਾਓ ਤੁਸੀਂ ਉਹਨਾਂ ਦੇ ਬੂਹੇ ਕਿਉਂ ਨਹੀਂ ਬੈਠਣਾ ਅਸੀਂ ਸਾਡੇ ਉੱਥੇ ਰਿਸ਼ਤੇਦਾਰੀ ਅਸੀਂ ਉਹਨਾਂ ਦੇ ਘਰੇ ਜਾ ਕੇ ਬੈਠੇ ਆ ਠੀਕ ਆ ਸਰਪੰਚ ਸਾਹਿਬ ਆਪ ਗਏ ਆ ਜਿਨ੍ਹਾਂ ਨੂੰ ਉਹ ਬਲੇਮ ਕਰਨ ਦਾ ਆ ਉਹਨਾਂ ਨੇ ਸਾਨੂੰ ਸੋਚ ਚੜਕਿਆ ਕਿ ਤੁਸੀਂ ਅੱਗੇ ਵੀ ਨਹੀਂ ਜਾਣਾ ਉਹ ਲੇਡੀ ਜਾਂ ਅਸੀਂ ਜਾਵਾਂਗੇ ਅਸੀਂ ਤੁਹਾਨੂੰ ਆਪੇ ਸਾਰੀ ਗੱਲ ਕਰਕੇ ਦੱਸਾਂਗੇ ਉਹਨਾਂ ਨੇ ਉਲਟਾ ਉਹਨਾਂ ਨੂੰ ਬਲੇਮ ਕਰਤਾ ਉਹੀ ਗਲਤ ਵਾ ਉਹਨਾਂ ਨੇ ਉਹਨਾਂ ਦੀ ਸਗੋਂ ਹਮਦਰਦੀ ਕੀਤੀ ਆ ਉਹਨਾਂ ਘਰੇ ਲੈਟ ਨਹੀਂ ਜਾ ਰਹੀ ਸਰਪੰਚ ਸਾਹਿਬ ਕਹਿੰਦੇ ਕੋਈ ਗੱਲ ਨਹੀਂ ਪੁੱਤ ਸਾਡੇ ਘਰੇ ਆ ਜਾਓ ਅਸੀਂ ਤੁਹਾਨੂੰ ਬਿਠਾਉਂਦੇ ਆ ਪਰ ਉਹ ਉਲਟਾ ਉਹਨਾਂ ਨੂੰ ਬਲੇਮ ਕਰਨ ਦੇ ਇਸ ਟਾਈਮ ਜਾ ਗਏ मैं पंजाब किसान यूनियन बागी वालों तो साड़ी जी संगत आ 4 बजे तो इतने बैठे आ जे चोर उन्होंने अंदर बिठाया गया है पुलिस ने कोई भी इन्हों की सुनवाई नहीं की गई जेडे सरपंच ने साड़ी इन्हों की हेल्प की उत्ते उल्टा इल्जाम लाए जा रहे हैं भी मेरे घर भी गलत किया गया उन्होंने रात पुलिस चा के लियाई आता नाल लै गए नाल छड के आए आ जो सानू इस पूरा भी इंसाफ नहीं मिला यदि सरकार आई आ बिल्कुल आपकी सरकार आके आई ही पर गुंडागर्दी की सरकार आ गुंडागर्दी के अवसर आ गुंडागर्दी साढ़े नाल वरती गई आ भद्दी शब्दावली वरती गई आ साढ़े बच्चों को फोन खोए गए आ क्योंकि तुम मूवी क्यों बना रहे एक साड़ी चोरी हुई आ उल्टा सानू ही दबा पाया जिहड़ा चोर आ वह कुर्सी पर बैठा आ असी बाहर बैठे हाँ बल्कि जिहड़ा चोर नूं मुड़ के छड दिता गया साडे रौला पाउंदे 4 पिंडां दी पंचायत इकट्ठी हुई है 4 पिंडां दे पंजाब तों इकट्ठा होण दे वी सानू न्याय नहीं मिलिया हैगा तो वह चोर जाके घर सुत्ता तां असीं इहनां दे थाने दे बूहे के बैठे हाँ एस एच ओ एसी ला के अंदर बैठा उहने एक आदमी पुछिया कि मैं कार्रवाई करदा नहीं करनी उहनूं चुक के लिआउणा जां नहीं लिआउणा ना उल्टा ना अजे तक परचा ही कट्टिया दे विच वाहिगुरू जी का खालसा वाहिगुरू जी की फतह मुलाजम जिहड़े कह रहे आ कि हाँ भी अहीं पहलां मुलाजमां नूं फोन लाया पुछया कि तुहाडे कोल किहने रिपोर्ट कराई आ कोई इहो जिही रिपोर्ट नहीं इहने थाने दे विच कराई ना कबीरपुर पर कराई आ ना सुल्तानपुर ते जदों अहीं इहनूं फोन लाया वा कहिंदा कि मैं हैगा वा इस टाइम आपदी माँ नूं लै के गया मेरी माँ बीमार वा
ਜਦੋਂ ਅਸੀਂ ਉਹਨੇ ਮਾਂ ਦਾ ਲਿਆ ਤੇ ਅਸੀਂ ਨੰਬਰ ਲੈ ਕੇ ਉਹਦੀ ਮਾਂ ਨੂੰ ਫੋਨ ਲਾਇਆ ਤੇ ਉਹ ਚੰਗੀ ਭਲੀ ਆਪਦੇ ਘਰੇ ਸੀ ਉਹਦੇ ਨਾਲ ਗੱਲ ਕੀਤੀ ਉਹ ਕਹਿੰਦੀ ਮੈਂ ਘਰੇ ਆ ਜਦੋਂ ਤਿੰਨ ਚਾਰ ਵਾਰੀ ਇਹਨੇ ਏਦਾਂ ਇਹਨੂੰ ਪੁੱਛਿਆ ਕਿ ਕਹਿੰਦਾ ਮੈਂ 15 ਮਿੰਟ ਆਇਆ ਇਹਨਾਂ ਪਰ ਇਹ ਉੱਥੇ ਆਇਆ ਨੀ ਗਾ ਫਿਰ ਸਾਨੂੰ ਲੱਗਾ ਕਿ ਬੰਦਾ ਝੂਠ ਮਾਰਨ ਦਿਆ ਇਹਨੇ ਸਾਡੇ ਡੰਗਰਾਂ ਦਾ ਰਾਤੋ ਰਾਤ ਨੁਕਸਾਨ ਕਰ ਦੇਣਾ ਬੁੱਚਟਖਾਨੇ ਭੇਜ ਦੇਣਾ ਵਾ ਜਿਹੜੇ ਪਿੰਡ ਤੋਂ ਅੱਗੇ ਉੱਠ ਕੇ ਗਿਆ ਆਇਆ ਵਾ ਉੱਥੇ ਉਸ ਪਿੰਡ ਦੇ ਵੀ ਇਹਨੇ ਡੰਗਰ ਚੋਰੀ ਕੀਤੇ ਆ ਅਸੀਂ ਜਦੋਂ ਡੰਗਰ ਲੈ ਕੇ ਉਹਨਾਂ ਸਾਨੂੰ ਖੁਦ ਦੱਸਿਆ ਕਿ ਸਾਡੇ ਤਿੰਨ ਤਿੰਨ ਚਾਰ ਚਾਰ ਮੱਝਾਂ ਨੇ ਖੋਲੀਆਂ ਵਾ ਇਹਨੇ ਸਾਨੂੰ ਨਿਆਣ ਦਿੱਤਾ ਸਾਨੂੰ 20,000 ਰੁਪਇਆ ਦੇ ਕੇ ਸਾਡੀ ਪੰਚਾਇਤਰਿਆਂ ਨੂੰ ਚੁੱਪ ਕਰਾਤਾ ਅਸੀਂ ਚੁੱਪ ਕਰਕੇ ਘਰੇ ਆ ਗਏ ਆ ਤੇ ਹੋਣਾ ਕਹਿੰਦਾ ਸੀ ਤੁਹਾਡੇ ਨਾਲ ਵੀ ਇੱਦਾਂ ਹੀ ਆ ਕਿ ਜੇ ਤੁਸੀਂ ਡੰਗਰ ਨਾ ਆਪਦੇ ਰਾਤੋ ਰਾਤ ਕੋਸ਼ਿਸ਼ ਕਰਦੇ ਤੇ ਤੁਹਾਡਾ ਪਿੰਡ ਵਾਲੇ ਸਹਿਯੋਗ ਨਾ ਦਿੰਦੇ ਜਾਂ ਉਸ ਪਿੰਡ ਦਾ ਸਰਪੰਚ ਨਾਲ ਸਹਿਯੋਗ ਦਿੰਦਾ ਮਹਿਤਮਾ ਵਾਲ ਦਾ ਤੇ ਤੁਹਾਨੂੰ ਡੰਗਰ ਨਹੀਂ ਸੀ ਲੱਭਣੇ ਤੁਸੀਂ ਵੀ ਆਪਦੇ ਘਰੇ ਜਾ ਕੇ ਬਹਿ ਰਹਿਣਾ ਸੀ ਬੇਜਮਾਨਾਂ ਦੇ ਜਾਂ ਧੌਣਾ ਨਾਲ ਲਵਾ ਕੇ ਤੇ ਪੈਸੇ ਤੁਹਾਨੂੰ ਰੁਪਈਆ 10,000 ਦੇ ਕੇ ਚੁੱਪ ਕਰਾ ਦੇਣਾ ਸੀ ਜੇ ਏ ਐਸ ਆਈ ਸਾਹਿਬ ਬੋਲੇ ਆ ਉਹਨੂੰ ਵੀ ਧੱਕਾ ਮਾਰ ਕੇ ਤੇ ਗਲਤ ਬੁਲਾਇਆ ਤਾਂ ਉਹਨੂੰ ਵਿਚਾਰੇ ਨੂੰ ਧੱਕਾ ਮਾਰਿਆ ਸਾਡੇ ਨਾਲ ਕੋਈ ਮੁਲਾਜ਼ਮ ਖੜਿਆ ਤੇ ਏ ਐਸ ਆਈ ਖੜਿਆ ਤੇ ਉਹਨੂੰ ਵੀ ਇਹਨਾਂ ਨੇ ਤੋੜਤਾ ਕਿ ਤੂੰ ਚੱਲ ਜਾ ਧੱਕੇ ਮਾਰੇ ਬਾਬਾ ਉੱਤੇ ਵੀ ਦਬਾ ਕਰਕੇ ਇਹਨੂੰ ਚੁੱਪ ਕਰਾਇਆ ਉਹ ਸਾਡੇ ਪੱਖ 'ਚ ਬੋਲਦਾ ਸੀ ਉਹ ਸੱਚ ਦਾ ਸਾਥ ਦੇਣ ਦਿਆ ਸੀ ਤੇ ਇਹਨਾਂ ਨੇ ਖਾਧੇ ਹੋਏ ਆ ਪੈਸੇ ਇਹ ਸਾਨੂੰ ਉਲਟਾ ਦਵਾ ਰਹੇ ਆ ਸਾਨੂੰ ਕਹਿੰਦੇ ਕਿ ਜਾਨ ਸਾਡੇ ਤੋਂ ਵੀ ਪੈਸੇ ਭਾਲਦੇ ਆਏ ਕਿ ਫਿਰ ਅਸੀਂ ਤੁਹਾਡੇ ਬਾਰੇ ਬੋਲਾਂਗੇ ਤੇ ਅਸੀਂ ਉਹ ਕੰਮ ਕਰਨਾ ਨੀਗਾ ਅਸੀਂ ਪੈਣਗੇ ਨੇ ਅਸੀਂ ਸੱਚ ਸੱਚੀ ਬੋਲਣ ਦੇ ਆ ਸਾਰੀ ਪੰਚਾਇਤ ਸਾਡੇ ਨਾਲ ਬੈਠੀ ਚੋਂ ਪਿੰਡਾਂ ਦੀ ਅਸੀਂ ਸੱਚ ਬੋਲਣ ਦੇ ਆ ਤੇ ਅਸੀਂ ਕਿਸੇ ਨੂੰ ਇੱਕ ਪੰਜੀ ਨਹੀਂ ਦੇਣੀ ਤੇ ਅਸੀਂ ਤਾਂ ਸਿਰਫ ਇਨਸਾਫ ਲੈਣਾ ਵਾ ਤੇ ਤੁਹਾਡੇ ਰਾਹੀਂ ਲੈਣਾ ਇਨਸਾਫ ਅਸੀਂ ਸਾਨੂੰ ਇਨਸਾਫ ਚਾਹੀਦਾ ਬਸ ਹਾਂਜੀ ਵਾਹਿਗੁਰੂ ਜੀ ਕੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਾਂਜੀ ਸਾਡੇ ਪਿੰਡ ਦਾ ਸਰਪੰਚ ਮਹਿਤਮਾਬਾਦ ਦਾ ਵੀ ਉਹਦੇ ਤੇ ਝੂਠੇ ਆਹ ਇਲਜ਼ਾਮ ਲਾਤੇ ਆ ਚੋਰੀ ਹੋਈ ਮੱਝਾਂ ਖੋਲ ਕੇ ਲਗਾਏ ਆ ਸ਼ਰੇਆਮ ਇਹਨਾਂ ਨੇ ਗੱਡੀ 'ਚ ਲੱਦੀਆਂ ਗੱਡੀ 'ਚ ਲੱਦ ਕੇ 5 ਵਜੇ ਇਹਨਾਂ ਨੇ ਲੱਦ ਕੇ ਇੱਥੋਂ ਪਿੰਡੋਂ ਤੋਰੀਆਂ ਤੇ ਫਿਰ ਵੀ ਉਹਨਾਂ ਦੇ ਘਰੇ ਗਏ ਇਹ ਸਰਪੰਚ ਸਾਹਿਬ ਤੇ ਉਹਦੇ ਤੇ ਝੂਠੇ ਇਲਜ਼ਾਮ ਲਾਤੇ ਆ ਦੇਖੋ ਵੀਰ ਜੀ ਇਹ ਜੋ ਵੀ ਵੀਡੀਓ ਇਹਨਾਂ ਨੇ ਪਾਈ ਆ ਉਹ ਗਲਤ ਪਾਈ ਆ ਤੇ ਮੇਰੇ ਨਾਲ ਸਾਰਾ ਮੇਰਾ ਨਗਰ ਮੇਰਾ ਪਰਿਵਾਰ ਸਾਰਾ ਮੇਰੇ ਨਾਲ ਆ ਤੇ ਵੀਡੀਓ ਗਲਤ ਪਾਈ ਗਈ ਆ ਤੇ ਜੋ ਇਹ ਮੁਜਰਮ ਨੂੰ ਸਜ਼ਾ ਦਿੱਤੀ ਜਾਵੇ ਤੇ ਮੇਰੀ ਹੈਲਪ ਕੀਤੀ ਜਾਵੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਜੇ ਅੱਜ ਸਾਡੀ ਸੁਣਵਾਈ ਨਾ ਹੋਈ ਤੇ ਤੁਸੀਂ ਕੋਈ ਵੀ ਆਪਣੀ ਸੁਣਵਾਈ ਜੀ ਰੱਖਿਓ ਨਾ ਕਿ ਸਾਡੀ ਵੀ ਕੋਈ ਸੁਣ ਲਊਗਾ ਕਿਉਂਕਿ ਜੇ ਸਾਡੇ ਨਾਲ ਧੱਕਾ ਹੋ ਸਕਦਾ ਅੱਜ ਸਾਡੀਆਂ ਮੱਝਾਂ ਚੋਰੀ ਹੋਈਆਂ ਤੇ ਜੇ ਸਾਡੇ ਨਾਲ ਆਹ ਚੀਜ਼ ਬਣਦੀ ਤੇ ਤੁਹਾਡੇ ਨਾਲ ਵੀ ਕੱਲ ਨੂੰ ਹੋਊਗੀ ਮੋਟਰਾਂ ਤੋਂ ਹੋਜੂਗੀ ਕਿਸੇ ਚੀਜ਼ ਤੋਂ ਹੋਊਗੀ ਜਿਹੜੇ ਪਿੰਡ ਤੋਂ ਵੀਰ ਉੱਠ ਕੇ ਆਇਆ ਵਾ ਉਸ ਪਿੰਡ 'ਚ ਵੀ ਇਹਦਾ ਇਹੀ ਕੰਮ ਸੀ ਤੇ ਉੱਥੇ ਵੀ ਚੋਰ ਸੀ ਉੱਥੋਂ ਆਪਦੀ ਘਰਵਾਲੀ ਨੂੰ ਪਤਾ ਨਹੀਂ ਕਿੱਥੋਂ ਪਿਆ ਕੇ ਲੈ ਕੇ ਆਇਆ ਵਾ ਨਾ ਉਹਦੀ ਘਰਵਾਲੀ ਸਾਨੂੰ ਦੱਸ ਰਹੀ ਕਿ ਹਾਂ ਵੀ ਮੇਰੇ ਮਾਂ ਪਿਓ ਕਿੱਥੇ ਆਉਂਦੇ ਨਾ ਮੈਨੂੰ ਉਹਦਾ ਦੱਸਣਾ ਹੀ ਆ ਕੁਛ ਨਹੀਂ ਆਪਦੇ ਬਾਰੇ ਉਹ ਦੱਸ ਰਿਹਾ ਸਿਰਫ 2 ਬੰਦੇ ਆਏ ਆ ਤੇ ਐਸ ਐਚ ਓ ਸਾਹਿਬ ਉਹਨਾਂ ਨੂੰ ਐ ਮੋਢਿਆਂ ਤੇ ਚੁੱਕੀ ਫਿਰਦੇ ਆ ਤੇ ਸਾਨੂੰ ਧੱਕੇ ਮਾਰ ਮਾਰ ਬਾਹਰ ਕੱਢਣ ਤੱਕ ਜਾਂਦੇ ਆ ਕਿ ਪਤਾ ਨਹੀਂ ਉਹਨਾਂ ਨੇ ਕੀਤਾ ਕੀ ਐਸ ਐਚ ਓ ਸਾਹਿਬ ਨੂੰ ਸਾਡੀ ਤੇ ਕੋਈ ਵੀ ਸੁਣਵਾਈ ਨਹੀਂ ਹੁੰਦੀ 6 ਵਜੇ ਤੋਂ ਹੀ ਬੈਠੇ ਆ ਤੇ ਹੁਣ ਵੇਖ ਲਓ ਕਿੰਨਾ ਟਾਈਮ ਹੋ ਗਿਆ 11-12 ਵਜੇ ਚੱਲੇ ਆ ਅਜੇ ਤੱਕ ਸਾਡੀ ਕੋਈ ਕਿਸੇ ਨੇ ਸੁਣੀ ਨਹੀਂ ਗੱਲ ਤੇ ਜੇ ਉਧਰ ਵੀ ਕਬੀਰਪੁਰ ਥਾਣੇ ਫੋਨ ਲਾਇਆ ਤੇ ਇਹ ਆਈ ਗੱਡੀ ਆਈ ਆ ਅੱਧਾ ਪੌਣਾ ਘੰਟਾ ਸਾਡੇ ਕੋਲ ਬੈਠੀ ਆ ਤੇ ਉਸ ਤੋਂ ਬਾਅਦ ਜਦੋਂ ਇਹ ਆ ਗਏ ਆ ਇਹ ਕਹਿੰਦੇ ਕਿ ਤੁਸੀਂ ਨਾਲ ਸਰਪੰਚ ਸਾਹਿਬ ਨੂੰ ਲੈ ਕੇ ਸਾਡੇ ਨਾਲ ਮਤਲਬ ਕਿ ਮਗਰੇ ਆ ਜਾਓ ਤੁਸੀਂ ਇਹਨਾਂ ਸਾਨੂੰ 10 ਮਿੰਟ ਵੀ ਵੇਟ ਨਹੀਂ ਕੀਤੀ ਉਦੋਂ ਹੀ ਆ ਗਏ ਆ ਅਸੀਂ ਮਗਰੋਂ ਗੱਡੀ ਤੇ ਲੈ ਕੇ ਵੀ ਆਏ ਨਾਲ ਪਹਿਲਾਂ ਸਾਨੂੰ ਇਹਨਾਂ ਆਪ ਆਖਿਆ ਕਿ ਹਾਂ ਵੀ ਤੁਸੀਂ ਸਰਪੰਚ ਸਾਹਿਬ ਨੂੰ ਨਾਲ ਲੈ ਕੇ ਇਸ ਵੇਲੇ ਲੇਡੀ ਕਾਂਸਟੇਬਲ ਉੱਠ ਰਹੀਆਂ ਨੇਗੀਆਂ ਤੁਸੀਂ ਸਰਪੰਚ ਸਾਹਿਬ ਨੂੰ ਨਾਲ ਲਓ ਤੇ ਸਾਡੇ ਉੱਥੇ ਥਾਣੇ 'ਚ ਲੈ ਆਓ ਆਪਾਂ ਇਹਨਾਂ ਨਾਲ ਕਰਦੇ ਹਾਂ ਕਿਉਂਕਿ ਪਹਿਲਾਂ ਉਹਨਾਂ ਨਾਲ ਵੀ ਗਲਤੀ ਬੋਲਿਆ ਮੁੰਡਾ ਹੁਣ ਪਤਾ ਨਹੀਂ ਪੁਲਿਸ ਵਾਲੇ ਉਹਨਾਂ ਦਾ ਕਿਉਂ ਸਾਥ ਦਿੰਦੇ ਆ ਰਾਤ ਉਹ ਸਾਡਾ ਹੀ ਸਾਥ ਦਿੰਦਾ ਇਹ ਸੱਚ ਦਾ ਹੀ ਸਾਥ ਦਿੰਦਾ ਇਹ ਮਗਰੋਂ ਪਤਾ ਨਹੀਂ ਇਹਨਾਂ ਨੂੰ ਕੀ ਹੋਇਆ ਪੈਸੇ ਖਾਲੇ ਆ ਜਾਂ ਕੁਛ ਖਾਲਿਆ ਹੁਣ ਸਾਡੀ ਨਹੀਂ ਕੁਛ ਸੁਣ ਰਿਹਾ ਨਾਰੇ ਕਿਹੜੇ ਲਾਉਂਦੇ ਕਬੀਰਪੁਰ ਥਾਣਾ ਮੁਰਦਾਬਾਦ ਐਸਐਚਓ ਕਬੀਰਪੁਰ ਹਾਏ ਹਾਏ ਐਸਐਚਓ ਕਬੀਰਪੁਰ ਬਾਕੀ ਬਹਿ ਜਾ ਸਾਰੇ ਬਹਿ ਜਾ ਜਾ ਕੰਮ ਕਰਨਾ ਬਹਿ ਕੇ ਕਰਿਓ ਪ੍ਰਸ਼ਾਸਨ ਮੁਰਦਾਬਾਦ ਚੋਰਾਂ ਦਾ ਇਹ ਸਾਥ ਹੈ ਦਿੰਦੀ ਬੱਚਿਆਂ ਨੂੰ ਇਹ ਬਾਹਰ ਹੈ ਕੱਢਦੀ ਨੂੰ ਇਹ ਕੁਰਸੀ ਤੇ ਬਿਠਾ ਕੇ ਏਸੀ ਦੇ ਅੰਦਰ ਸਾਨੂੰ ਬਾਹਰ ਧੁੱਪੇ ਖੜਾ ਕੇ ਕਹਿੰਦੇ ਤੁਸੀਂ ਤਕੜੇ ਹੋ ਰਹੋ ਅਸੀਂ ਤੁਹਾਡੇ ਨਾਲ ਆ ਪੁਲਿਸ ਪ੍ਰਸ਼ਾਸਨ ਮੁਰਦਾਬਾਦ
SHO साहब मुर्दाबाद 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 थाना कबीरपुर मुर्दाबाद 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 चोर जेड़े घरों नहीं बने इन्होंने बनाए ना के माने चोर जमे ही।